ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਵਾਪਰਾ ਕਹਿਰ ਇੱਥੇ ਲੱਗੀ ਭਿਆਨਕ ਅੱਗ ਦਰਜਨਾ ਜਾਉਂਦੇ ਸਾਡੇ ਸਾਈ ਸੋਗ ਦੀ ਲਹਿਰ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤਸਵੀਰ ਸਭ ਤੋਂ ਪਹਿਲਾਂ ਉਸ ਬਿਲਡਿੰਗ ਦੀ ਉਸ ਇਮਾਰਤ ਦੀ ਦਿਖਾ ਦਿੰਨੇ ਆ ਜਿੱਥੇ ਦਰਜਨਾਂ ਤੋਂ ਜ਼ਿਆਦਾ ਸੜ ਕੇ ਮਰ ਚੁੱਕੇ ਨੇ ਸੋ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਸੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਪਾਕਿਸਤਾਨ ਦੇ ਕ੍ਰਾਂਚੀ ਵਿੱਚ ਮਿਹਰਬਾਨ ਸ਼ਹਿਰ ਦੇ ਸਥਿਤ ਇੱਕ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ ਜਿੱਥੇ ਲੋਕ ਅੱਗ ਲੱਗਣ ਸੰਬੰਧੀ ਪਤਾ ਲੱਗਾ ਤਾਂ ਉਹਨਾਂ ਵੱਲੋਂ ਦਮਕਲ ਵਿਭਾਗ ਦੀਆਂ ਟੀਮਾਂ ਨੂੰ ਜਾਣਕਾਰੀ ਦਿੱਤੀ ਗਈ ਇਸ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜਿਕਰ ਜੋਗ ਹੈ ਕਿ ਅੱਗ ਲੱਗਣ ਦੇ ਘੱਟੋ-ਘੱਟ 14 ਦੀ ਗਿਣਤੀ ਦੇ ਵਿੱਚ ਮਜ਼ਦੂਰ ਜ਼ਿੰਦਾ ਸੜ ਗਏ ਲੋਕਾਂ ਦੇ ਵਿੱਚ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਹੀ ਪਾਕਿਸਤਾਨ ਦੇ ਮੀਡੀਆ ਦੇ ਜ਼ਰੀਏ ਆ ਰਹੀਆਂ ਖਬਰਾਂ ਤੋਂ ਪਤਾ ਲੱਗਾ ਕਿ ਹੁਣ ਤੱਕ ਫੈਕਟਰੀ ਦੇ ਵਿੱਚੋਂ 14 ਲਾਸ਼ਾਂ ਬਰਾਮਦ ਹੋ ਚੁੱਕੀਆਂ ਨੇ ਫੈਕਟਰੀ ਦੇ ਅੰਦਰ 25 ਹੋਰ ਲੋਕ ਫਸੇ ਹੋਣ ਅਤੇ ਉਹਨਾਂ ਦੇ ਮਰੇ ਹੋਣ ਦਾ ਖਦਸ਼ਾ ਸੀ ਫੈਕਟਰੀ ਦੀ ਜੋ ਅੱਗ ਜ਼ਿਆਦਾ ਭਿਆਨਕ ਸੀ ਸੀਮਿੰਟ ਦੇ ਵਿੱਚ ਮਿੰਟਾਂ ਦੇ ਵਿੱਚ ਹੀ ਅੱਗ ਦੀਆਂ ਲਾਟਾਂ ਨੇ ਪੂਰੀ ਫੈਕਟਰੀ ਨੂੰ ਸਾੜ ਕੇ ਸਵਾਹ ਕਰ ਦਿੱਤਾ ਕਈ ਮਜ਼ਦੂਰਾਂ ਦੀ ਇਸ ਦੌਰਾਨ ਜਾਨ ਚਲੀ ਗਈ ਕਈ ਗੰਭੀਰ ਰੂਪ ਦੇ ਵਿੱਚ ਸੜ ਗਏ ਤੇ ਕਈ ਲੋਕ ਹਾਲੇ ਅੰਦਰ ਫਸੇ ਹੋਣ ਦਾ ਖਤਰਾ ਹੈ ਕਈ ਮਜ਼ਦੂਰਾਂ ਦੀ ਇਸ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਣ ਦੇ ਕਰਕੇ ਹਸਪਤਾਲ ਚੋਂ ਦਾਖਲ ਕਰਵਾਇਆ ਗਿਆ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਅੱਗ ਕਿਸ ਕਾਰਨ ਲੱਗੀ ਸੀ ਜਿਸ ਦੇ ਵਿੱਚ ਲੱਖਾਂ ਕਰੋੜ ਰੁਪਏ ਦਾ ਨੁਕਸਾਨ ਤੇ 14 ਲੋਕ ਜਿਉਂਦੇ ਸੜ ਗਏ ਨੇ ਧੰਨਵਾਦ